ਪ੍ਰਿੰਸੀਪਲ ਦੇ ਸ਼ਰਮਨਾਕ ਕਾਰੇ ਦੀਆਂ ਖੁੱਲੀਆਂ ਪੋਲਾਂ। ਸਕੂਲ ਦੀਆਂ ਟੀਚਰਾਂ ਦੇ ਨਾਲ ਕਰਦਾ ਸੀ ਅਸ਼ਲੀਲ ਹਰਕਤਾਂ। ਸੱਚ ਬਾਹਰ ਆਉਣ ਤੇ ਕਹਿੰਦਾ ਇਹ ਤਾਂ ਮੇਰੀਆਂ ਧੀਆਂ ਵਰਗੀਆਂ ਨੇ। ਫੋਟੋ ਵੇਖ, ਮਾਪਿਆਂ ਨੇ ਸਕੂਲ ਦੇ ਬਾਹਰ ਕੀਤਾ ਹੰਗਾਮਾ। ਮੈਨੇਜਮੈਂਟ ਨੇ ਲਿਆ ਤੁਰੰਤ ਐਕਸ਼ਨ, ਕੀਤਾ ਪ੍ਰਿੰਸੀਪਲ ਨੂੰ ਸਸਪੈਂਡ। ਜਿਸ ਪ੍ਰੋਫੈਸ਼ਨ ਨੂੰ ਗੁਰੂ ਦਾ ਨਾਮ ਦੇ ਕੇ ਵਡਿਆਇਆ ਜਾਂਦਾ ਹੈ, ਕੁਝ ਲੋਕ ਅਜਿਹੇ ਪ੍ਰੋਫੈਸ਼ਨ ਨੂੰ ਵੀ ਦਾਗਦਾਰ ਕਰਨੋਂ ਬਾਜ ਨਹੀਂ ਆਉਂਦੇ। ਕੁਝ ਅਜਿਹੀ ਹੀ ਜਾਣਕਾਰੀ ਸਾਹਮਣੇ ਆ ਰਹੀ ਹੈ। ਨਾਮੀ ਸਕੂਲ ਦੇ ਪ੍ਰਿੰਸੀਪਲ ਦੀਆਂ ਅਸ਼ਲੀਲ ਹਰਕਤਾਂ ਦੀ ਪੋਲ ਖੁੱਲੀ ਹੈ। ਸਕੂਲ ਦੀਆਂ ਟੀਚਰਾਂ ਦੇ ਨਾਲ ਹੀ ਅਸ਼ਲੀਲ ਹਰਕਤਾਂ ਕਰਦਾ ਰਿਹਾ ਤੇ ਜਦੋਂ ਪੋਲ ਖੁੱਲਦੀ ਹੈ ਤਾਂ ਫਿਰ ਮਾਪਿਆਂ ਦਾ ਗੁੱਸਾ ਫੁੱਟਣਾ ਤਾਂ ਲਾਜ਼ਮੀ ਹੀ ਹੈ। ਮਾਪੇ ਸਕੂਲ ਦੇ ਬਾਹਰ ਇਕੱਠੇ ਹੋਏ ਨੇ ਤੇ ਉਹਨਾਂ ਨੇ ਸਕੂਲ ਦੀ ਮੈਨੇਜਮੈਂਟ ਦਾ ਪਿੱਟ ਸਿਆਪਾ ਕੀਤਾ ਹੈ ਤੇ ਪ੍ਰਿੰਸੀਪਲ ਨੂੰ ਸਸਪੈਂਡ ਕਰਨ ਦੀ ਮੰਗ ਅੱਗੇ ਰੱਖੀ ਹੈ ਤੇ ਸਕੂਲ ਦੀ ਮੈਨੇਜਮੈਂਟ ਨੇ ਵੀ ਤੁਰੰਤ ਐਕਸ਼ਨ ਲੈਂਦੇ ਹੋਏ ਪ੍ਰਿੰਸੀਪਲ ਨੂੰ ਸਸਪੈਂਡ ਕਰ ਦਿੱਤਾ ਹੈ ਤੇ ਜਿਹੜੀ ਰਿਪੋਰਟ ਹੈ ਉਹ ਸਾਈਬਰ ਸੈੱਲ ਨੂੰ ਵੀ ਦੇ ਦਿੱਤੀ ਗਈ ਹੈ। ਪਰ ਵੱਡੀ ਗੱਲ ਤਾਂ ਇਹ ਹੈ ਕਿ ਜਦੋਂ ਇਹ ਕੌੜਾ ਸੱਚ ਸਾਹਮਣੇ ਆਉਂਦਾ ਤਾਂ ਫਿਰ ਪ੍ਰਿੰਸੀਪਲ ਦਾ ਕੀ ਕਹਿਣਾ ਹੈ ਸਾਰਿਆਂ ਦੇ ਲਈ ਜਾਣਨਾ ਇਹ ਬਹੁਤ ਜ਼ਿਆਦਾ ਉਤਸੁਕਤਾ ਭਰਿਆ ਹੋਵੇਗਾ। ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਿਹੜਾ ਪ੍ਰਿੰਸੀਪਲ ਹੈ ਜਦੋਂ ਉਸਦੀ ਫੋਟੋਆਂ ਦੀ ਸੱਚਾਈ ਜਦੋਂ ਬਾਹਰ ਆਉਂਦੀ ਹੈ ਤਾਂ ਫਿਰ ਪ੍ਰਿੰਸੀਪਲ ਕਹਿੰਦਾ ਕਿ ਇਹ ਤਾਂ ਮੇਰੀਆਂ ਧੀਆਂ ਵਰਗੀਆਂ ਨੇ। ਤਾਂ ਫਿਰ ਇਹ ਤਾਂ ਹੁਣ ਸਾਈਬਰ ਸੈੱਲ ਹੀ ਡਿਸਾਈਡ ਕਰੂਗਾ ਕਿ ਇਹ ਧੀਆਂ ਵਰਗੀਆਂ ਨੇ ਜਾਂ ਫਿਰ ਕੁਝ ਹੋਰ ਨੇ। ਸਰ ਇਹ ਸਾਡੇ ਨੋਟਿਸ 'ਚ ਆਈ ਹੈ ਅਤੇ ਸੁਸਾਇਟੀ ਨੇ ਇਹਦਾ ਐਕਸ਼ਨ ਵੀ ਲਿਆ ਅਤੇ ਅੱਗੇ ਉਹਦੀ ਕਾਰਵਾਈ ਪੂਰੀ ਕੀਤੀ ਜਾ ਰਹੀ ਹੈ ਅਤੇ ਜੋ ਵੀ ਹੋਏਗਾ ਉਹ ਨੋਟਿਸ ਆ ਜਾਏਗਾ। ਫਿਰ ਉਹਨੂੰ ਕੀ ਹੁਣ ਸਸਪੈਂਡ ਕਰ ਦਿੱਤਾ ਗਿਆ ਜਾਂ ਉੱਤੇ ਪੁਲਿਸ ਕਾਨੂੰਨੀ ਕਾਰਵਾਈ ਵੀ? ਨਹੀਂ, ਹਾਲੇ ਸਸਪੈਂਡ ਕਰਕੇ ਸਸਪੈਂਡ ਕਰਤਾ ਗਿਆ ਜੀ। ਅਤੇ ਟੀਚਰਾਂ ਦੇ ਟੀਚਰ ਵੀ ਸਕੂਲੋਂ ਆਉਣ 'ਤੇ ਮਨਾ ਕੀਤਾ ਗਿਆ ਜੀ। ਸਰ ਪੇਰੈਂਟਸ ਵੱਲੋਂ ਲਗਾਤਾਰ ਧਰਨੇ ਵੀ ਲਗਾਏ ਜਾ ਰਹੇ ਨੇ ਤੁਹਾਡੇ ਨਾਲ? ਨਹੀਂ, ਪੇਰੈਂਟਸ ਹੁਣੇ ਆਏ ਸੀ, ਮੇਰੇ ਉਹਨਾਂ ਨਾਲ ਗੱਲਬਾਤ ਹੋਈ ਹੈ, ਮੈਂ ਪੂਰੀ ਗੱਲ ਸੁਣ ਵੀ ਲਈ ਹੈ ਅਤੇ ਸਮਝਾ ਦਿੱਤੀ ਹੈ, ਇਸ ਕਰਕੇ ਉਹ ਬਿਲਕੁਲ ਇਤਮਾਨ ਨਾਲ, ਸ਼ਾਂਤੀ ਨਾਲ ਠੀਕ ਹੈ। ਪੇਰੈਂਟਸ ਵੱਲੋਂ ਇਹ ਵੀ ਕਿਹਾ ਜਾਂਦਾ ਜਿਹੜਾ ਮੇਨ ਗੇਟ ਆ ਪ੍ਰਿੰਸੀਪਲ ਵੱਲੋਂ ਉਹ ਬੰਦ ਰੱਖਿਆ ਜਾਂਦਾ ਸੀ, ਨਾ ਕਿਸੇ ਪੇਰੈਂਟਸ ਨੂੰ ਮਿਲਿਆ ਜਾਂਦਾ ਸੀ, ਨਾ ਕਿਸੇ ਨੂੰ ਟੀਚਰ ਨਾਲ ਮਿਲਾਇਆ ਜਾਂਦਾ। ਨਹੀਂ ਸਰ, ਇਹੋ ਜਿਹੀ ਕੋਈ ਗੱਲ ਨਹੀਂ ਹੁੰਦੀ। ਪੇਰੈਂਟਸ ਟੀਚਰ ਤੇ ਅੱਗੇ ਆ ਸਕਦੇ ਪਰ ਕਲਾਸਾਂ ਵੱਲ ਨਹੀਂ ਜਾਣ ਦਿੰਦੇ, ਬਾਕੀ ਪ੍ਰਿੰਸੀਪਲ ਆਫਿਸ ਤੱਕ ਤੇ ਆਲਰੇਡੀ ਖੁੱਲ੍ਹਾ ਹੈ ਤੇ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ ਪ੍ਰਿੰਸੀਪਲ ਦੇ ਰੂਮ 'ਚ ਵੀ ਲੱਗੇ ਨੇ, ਜਿਹੜੀ ਆ ਉਹ ਫੋਟੋਆਂ ਆ ਪ੍ਰਿੰਸੀਪਲ ਰੂਮ ਦੀਆਂ। ਸਰ ਇਹਦੇ ਬਾਰੇ ਮੈਂ ਹਾਲੇ ਕੋਈ ਕਨਫਰਮ ਨਹੀਂ, ਇਹ ਮਾਮਲਾ ਸੁਸਾਇਟੀ ਦੇ ਕੋਲ ਹੈ, ਸੁਸਾਇਟੀ ਦੇਖਣ ਡਈ ਹੈ, ਕੰਮ ਚੱਲਣ ਡਿਆ। ਪ੍ਰਿੰਸੀਪਲ ਸਾਹਿਬ ਦੀਆਂ ਕੁਛ ਇਤਰਾਜ਼ਯੋਗ ਫੋਟੋਆਂ ਆਈਆਂ ਸੀਗੀਆਂ ਜੀ, ਤੇ ਇਸ ਕਰਕੇ ਆਪਾਂ ਕਹਿੰਦੇ ਕਿ ਜਿਹੜੇ ਬੰਦੇ ਆਪ ਹੀ ਇਹੋ ਜਿਹਾ ਕੰਮ ਕਰ ਰਹੇ ਉਹ ਗਾਂ ਸਿੱਖਿਆ ਕੀ ਦੇਣਗੇ ਲੋਕਾਂ ਨੂੰ? ਜੀ, ਦੇਖਿਆ ਜਾਂਦਾ ਮੈਨੇਜਮੈਂਟ ਵੱਲੋਂ ਸਪੈਂਡ ਉੱਤੇ ਕਰ ਦਿੱਤਾ ਗਿਆ, ਕੋਈ ਕਾਨੂੰਨੀ ਕਾਰਵਾਈ ਨਹੀਂ ਇਸ ਦੇ ਉੱਤੇ ਕੀਤਾ ਗਿਆ? ਕਾਨੂੰਨੀ ਬਾਰੇ ਨਹੀਂ ਉਹਨਾਂ ਨੇ ਕੋਈ ਦੱਸਿਆ ਕਿ ਕਾਨੂੰਨੀ ਕਾਰਵਾਈ ਹੋਈ ਹੈ ਜਾਂ ਨਹੀਂ ਹੋਈ। ਇਹ ਕਹਿ ਰਹੇ ਆ ਕਿ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਪ੍ਰਿੰਸੀਪਲ ਸਾਹਿਬ ਨੂੰ। ਅੱਛਾ ਜੀ, ਪਲੱਸ ਦੋ ਮੈਡਮਾਂ ਨੂੰ ਵੀ ਸਸਪੈਂਡ ਕੀਤਾ ਗਿਆ, ਉਹਨੂੰ ਕੀਤਾ ਜਾਂ ਨਹੀਂ ਕੀਤਾ ਇਹਦੇ ਬਾਰੇ ਕੋਈ ਠੋਸ ਸਬੂਤ ਨਹੀਂ ਹੈ ਜੀ ਸਾਡੇ ਕੋਲ। ਤੇ ਹੁਣ ਤੁਸੀਂ ਗੱਲਬਾਤ ਕੀਤੀ ਅੰਦਰ ਅੰਦਰ ਕੋਈ ਮੈਨੇਜਮੈਂਟ ਦੇ ਬੰਦੇ ਆਏ ਹੋਏ ਸੀ ਕਿ ਉਹਨਾਂ ਨਾਲ ਗੱਲ ਕੀਤੀ ਹੈ, ਉਹਨਾਂ ਨੇ ਇਹ ਕਿਹਾ ਕਿ ਨਹੀਂ ਅਸੀਂ ਆਪਣਾ ਟੀਚਰ ਚੇਂਜ ਕਰਾਂਗੇ ਜੀ, ਪ੍ਰਿੰਸੀਪਲ ਤੁਹਾਨੂੰ ਨਵੇਂ ਦੇਵਾਂਗੇ ਜੀ। ਇਹ ਗੱਲਬਾਤ ਹੋਈ ਜੀ। ਕਿੱਦਾਂ ਦੀਆਂ ਵੀਡੀਓ ਫੋਟੋਆਂ ਵਾਇਰਲ ਹੋਈਆਂ, ਕੀ ਹੈ ਬੱਚਿਆਂ ਦੇ ਪੱਖ ਕੀ ਹੈ, ਪ੍ਰਿੰਸੀਪਲ ਹੀ ਇੱਦਾਂ ਦੀਆਂ ਕਰਤੂਤਾਂ ਕਰੇਗਾ ਤੇ ਬੱਚਿਆਂ ਦੇ ਉੱਤੇ ਕੀ ਪ੍ਰਭਾਵ ਆਏਗਾ? ਬਿਲਕੁਲ ਬਿਲਕੁਲ ਜੀ, ਆਪਣਾ ਉਹਨਾਂ ਦੇ ਕੋਲ ਅੰਦਰ ਆਫਿਸ ਦੇ ਅੰਦਰ ਦੀਆਂ ਹੀ ਫੋਟੋਆਂ ਨੇ, ਉਹ ਵੀ ਉਹਨਾਂ ਨੂੰ ਦੱਸਿਆ ਕਿ ਭਾਈ ਸਾਹਿਬ ਆ ਦੇਖੋ ਤੁਹਾਡੀਆਂ ਫੋਟੋਆਂ ਆਫਿਸ ਦੇ ਅੰਦਰ ਦੀਆਂ ਹੈਗੀਆਂ ਨੇ ਜੀ। ਆਫਿਸ ਦੇ ਅੰਦਰ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਨੇ, ਫਿਰ ਵੀ ਇਹ ਕੀ ਚੱਕਰ ਹੈ ਕਿ ਜਾਂ ਉਹਨਾਂ ਨੇ ਚੈੱਕ ਨਹੀਂ ਕੀਤੇ ਜਾਂ ਉਹਨਾਂ ਨੇ ਆਫ ਕੀਤਾ ਕੈਮਰਾ ਆਫ ਕੀਤਾ ਜਾਂ ਕੀ ਕੀਤਾ ਇਹਦੇ ਬਾਰੇ ਨਹੀਂ ਸਰ ਪਤਾ ਜੀ। ਸਰ ਦੀਆਂ ਪ੍ਰਿੰਸੀਪਲ ਦੀਆਂ ਮੈਡਮ ਦਾ ਨਾਲ
ਕਰ ਦਿੱਤਾ ਗਿਆ ਟੀਚਰ ਪ੍ਰਿੰਸੀਪਲ ਨੂੰ ਇਸ ਦੇ ਬਾਰੇ ਤੁਹਾਡੇ ਵੱਲੋਂ ਕੋਈ ਕਾਨੂੰਨੀ ਕਾਰਵਾਈ ਜਾਂ ਕੰਪਲੇਂਟ ਕੀਤੀ ਗਈ? ਮੈਡਮਾਂ ਨਹੀਂ ਚਾਹੀਦੀਆਂ, ਬਸ ਇਹ ਕਹਿੰਦੇ ਆ ਕਿ ਅਸੀਂ ਮੈਡਮਾਂ ਨਹੀਂ ਹਟਾਉਣੀਆਂ, ਨਾ ਇਹ ਪ੍ਰਿੰਸੀਪਲ ਲਿਆਉਣੇ ਆ। ਠੀਕ ਹੈ।